ਸਾਹਿਬ ਦੇ ਰੱਖਣਾ ਰੱਖ ਲਾ ਜੀ। ਥੈਂਕ ਯੂ, ਬਹੁਤ ਵਧੀਆ ਲੱਗਿਆ, ਤੂੰ ਮਿਹਨਤ ਕਰਦਾ ਦੇਖ ਕੇ, ਠੀਕ ਆ। ਅੱਛਾ, ਤੇ ਤੁਸੀਂ ਪੜ੍ਹਦੇ ਹੋ ਕਿਹੜੀ ਕਲਾਸ ਚ? ਮੈਂ ਪੜ੍ਹਦਾ ਸੀ, ਹਟ ਗਿਆ, ਹੁਣ ਲੱਗੂਗਾ। ਕਾਟੋ ਹਟ ਗਏ, ਘਰੇ ਕਮਾਉਣ ਵਾਲਾ ਹੋਰ ਕੌਣ ਆ? ਮੇਰਾ ਭਰਾ ਤੇ ਮੈਂ, ਤਿੰਨ ਭੈਣਾਂ ਤੇ ਮੰਮੀ ਡੈਡੀ ਘਰੇ ਰਹਿੰਦੇ। ਦੇਖਿਆ ਸੀ ਤੁਹਾਨੂੰ, ਤੁਸੀਂ ਉੱਥੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਤੁਸੀਂ ਜਾ ਕੇ ਟ੍ਰੈਫਿਕ ਲਾਈਟ ਤੇ ਕੁਝ ਸਮਾਨ ਵੇਚਦੇ ਹੋ। ਪਰ ਬੇਟਾ ਹੁਣ ਤੁਹਾਨੂੰ ਅਸੀਂ ਪੜ੍ਹਾਉਣਾ ਜ਼ਰੂਰ। ਮੈਂ ਡਿਪਟੀ ਕਮਿਸ਼ਨਰ ਨੂੰ ਕਹਿਣਾ ਕਿ ਤੁਹਾਨੂੰ ਜਿੱਥੇ ਸਕੂਲ ਤੇ ਤੁਹਾਨੂੰ ਤੁਸੀਂ ਆਏ ਹੋ, ਜਿੱਥੇ ਪੜ੍ਹੇ ਹੋ, ਉੱਥੇ ਤੁਹਾਨੂੰ ਦੁਬਾਰਾ ਪਾਉਣ ਉੱਥੇ। ਔਰ ਜਿੱਥੇ ਤਾਂ ਤੁਹਾਡੇ ਪਰਿਵਾਰ ਦੀ ਮਦਦ ਹੈ ਉਹ ਮੈਂ ਕਰੂੰਗਾ। ਮੈਂ ਗ੍ਰਾਂਟ ਦੇਊਂਗਾ ਤੁਹਾਡੇ ਪਰਿਵਾਰ ਨੂੰ, ਤਾਂ ਕਿ ਤੁਹਾਡੇ ਪਿਤਾ ਜੀ, ਮਾਤਾ ਜੀ, ਭੈਣਾਂ, ਲੜਕੇ, ਭਾਈ ਵੀ ਜਿਹਨੇ, ਭਾਈ ਨੂੰ ਵੀ ਮੰਨਤ ਮੰਨਤ ਪੜ੍ਹ ਰਿਹਾ ਹਾਲੇ? ਮੇਰਾ ਭਰਾ ਪੜ੍ਹ ਚੁੱਕਾ ਵਾ, 9ਵੀਂ ਤੱਕ ਕੀਤੀ ਆ ਬਸ ਉਹਨੇ। ਅੱਛਾ, ਕੋਈ ਗੱਲ ਨਹੀਂ ਬੇਟਾ, ਤੁਸੀਂ ਹੁਣ ਜਾ ਕੇ, ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹੂੰਗਾ ਤੁਹਾਨੂੰ ਸਕੂਲ 'ਚ ਵਾਪਸ ਪਾਉਣ, ਔਰ ਤੁਹਾਡੇ ਪਰਿਵਾਰ ਦੀ ਮਦਦ ਮੈਂ ਕਰੂੰਗਾ, ਠੀਕ ਹੈ? ਤਾਂ ਕਿ ਤੁਹਾਨੂੰ ਪੜ੍ਹਨ ਤੁਹਾਨੂੰ ਕੋਈ ਔਖ ਨਾ ਆਏ ਪਰਿਵਾਰ ਨੂੰ, ਔਰ ਤੁਸੀਂ ਆਪਣੇ ਪੜ੍ਹਾਈ ਮੁਕਾਓ, ਤਾਂ ਕਿ ਤੁਸੀਂ ਵੀ ਕੁਝ ਵੱਡੇ ਬਣ ਸਕੋ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ, ਚੰਗਾ?